ਆਵਾਜ਼ੇ ਕੌਂਟਰੀ ਦੇ ਸਾਰੇ ਦਰਸ਼ਕੋ ਤੇ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਅ ਅੱਜ ਵੀਰੋ ਮੈਂ ਤੁਹਾਨੂੰ ਲੈ ਕੇ ਇੱਥੇ ਚੱਲਿਆ ਆਇਆ ਕਿ ਖਾਲਸਾ ਕਾਲਜ ਇੱਥੇ ਬਾਗਬਾਨੀ ਦਾ ਵਿਭਾਗ ਆ ਔਰ ਉੱਥੇ ਵਿਦਿਆਰਥੀ ਵੀ ਕੰਮ ਕਰ ਰਹੇ ਆ ਇਹ ਬਾਗਬਾਨੀ ਦੇ ਵਿੱਚ ਔਰ ਮੇਰੇ ਨਾਲ ਜੋ ਅਸਿਸਟੈਂਟ ਪ੍ਰੋਫੈਸਰ ਖੜੇ ਨੇ ਔਰ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਕਿ ਕਿਸਾਨ ਜੋ ਕਿਸਾਨ ਦੀ ਪੰਜਾਬ ਦੀ ਖਾਸੀਅਤ ਆ ਕਿ ਇਹ ਕਣਕ ਝੋਨਾ ਜਾਂ ਜਿਹੜੀਆਂ ਉਹੀ ਫਸਲਾਂ ਰਵਾਇਤੀ ਫਸਲਾਂ ਲਾਉਂਦਾ ਰਹਿੰਦਾ ਹੈ ਉਹਦੇ ਖੇੜੇ ਪੈ ਗਿਆ ਹੈ ਔਰ ਉਹਦੇ ਖੇੜੇ ਜੁ ਨਿਕਲਣ ਦੀ ਕੋਸ਼ਿਸ਼ ਨਹੀਂ ਕਰਦਾ ਔਰ ਇਹੀ ਕਾਰਨ ਲੱਗਦਾ ਹੈ ਕਿ ਅੱਜ ਉਹ ਬਹੁਤ ਜ਼ਿਆਦਾ ਥੱਲੇ ਡਿੱਗਾ ਆ ਔਰ ਕਿਸਾਨੀ ਵੀ ਮਰਦੀ ਜਾ ਰਹੀ ਆ ਔਰ ਅੱਜ ਅਸੀਂ ਪ੍ਰੋਫੈਸਰ ਉਹਨਾਂ ਨਾਲ ਗੱਲ ਕਰਾਂਗੇ ਕਿ ਇਹ ਚੀਜ਼ਾਂ ਦਾ ਫਾਇਦਾ ਹੈ ਜਾਂ ਰਵਾਇਤੀ ਫਸਲਾਂ ਕਿਸਾਨ ਨੂੰ ਫਾਇਦਾ ਮਿਲਦਾ ਪ੍ਰੋਫੈ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਸਾਰੇ ਮੇਰੇ ਕਿਸਾਨ ਵੀਰਾਂ ਨੂੰ ਅੱਜ ਆਪਾਂ ਗੱਲ ਕਰਾਂਗੇ ਕਿ ਜਿਹੜੀ ਰੋਟੇਸ਼ਨ ਆ ਝੋਨੇ ਕਣਕ ਦੀ ਇਹਨੂੰ ਕਿੱਦਾਂ ਆਪਾਂ ਤੋੜਿਆ ਜਾਵੇ ਤੇ ਜਿਹੜੀਆਂ ਨਵੀਆਂ ਫਸਲਾਂ ਆ ਜਿਨ੍ਹਾਂ ਦਾ ਉਹਨਾਂ ਨਾਲੋਂ ਕਿਤੇ 10 ਗੁਣਾ ਜ਼ਿਆਦਾ ਫਾਇਦਾ ਆ ਉਹਨਾਂ ਨੂੰ ਪ੍ਰੋਮੋਟ ਕੀਤਾ ਜਾਵੇ ਪੰਜਾਬ ਦੇ ਵਿੱਚ ਕਿ ਜਿਹੜੇ ਪੰਜਾਬ ਦੇ ਕਿਸਾਨ ਆ ਉਹ ਦੀ ਜ਼ਿਆਦਾ ਸੋਇੰਗ ਕਰਨ। ਕਿਸਾਨਾਂ ਨੂੰ ਕਿਸ ਤਰ੍ਹਾਂ ਮਹਰ ਸਾਹਿਬ ਕਿਸ ਤਰ੍ਹਾਂ ਸਮਝਾਇਆ ਜਾਵੇ ਵੀ ਤੁਸੀਂ ਇਸ ਬੰਨੇ ਮੜੋ ਉਹ ਚੀਜ਼ ਦੇ ਇਸ ਆਖੇ ਲੱਗਦੇ ਨਹੀਂ ਕਿਸੇ ਤਰੀਕੇ ਸਭ ਤੋਂ ਪਹਿਲਾਂ ਅਸੀਂ ਆਪਾਂ ਉਹਨਾਂ ਨੂੰ ਕਿਸ ਤਰ੍ਹਾਂ ਕਨਵਿੰਸ ਕਰਾਂਗੇ। ਜੀ ਸਾਡੇ ਕਾਲਜ ਤੋਂ ਵੀ ਬੱਸਸਾਂ ਜਾਂਦੀਆਂ ਆਸੀਂ ਸਟੂਡੈਂਟਸ ਦੀਆਂ ਕੈਂਪੇਨ ਸਟਾਰਟ ਕੀਤੀਆਂ ਕਿ ਉਹ ਜਾ ਕੇ ਜਿਹੜੇ ਕਿਸਾਨ ਆ ਕਿਸਾਨ ਵੀਰਿਆ ਉਹਨਾਂ ਨੂੰ ਮਤਲਬ ਇਨਕਰੇਜ ਕਰਨ ਕਿ ਦੇਖੋ ਜਿਹੜੀਆਂ ਝੋਨਾ ਕਣਕ ਆ ਉਹਦੇ ਨਾਲ ਜਿੰਨਾ ਫਰਟੀਲਾਈਜ਼ਰ ਯੂਜ਼ ਕਰ ਰਹੇ ਉਹਦੇ ਨਾਲ ਉਹ ਗਰਾਊਂਡ ਵਾਟਰ 'ਚ ਜਾ ਰਿਹਾ ਹੈ ਗਰਾਊਂਡ ਵਾਟਰ ਜਾ ਰਿਹਾ ਉਹਦੇ ਕਰਕੇ ਯੂਰੇਨੀਅਮ ਦਾ ਇੰਨਾ ਲੈਵਲ ਵੱਧ ਗਿਆ ਕਿ ਪੱਟੀ ਬੈਲਟ ਆ ਜਿਹੜੀ ਆਪਣੀ ਅੱਗੇ ਤਾਂ ਮਾਲਵਾ ਸੀ ਉਹਦੇ ਵਿੱਚ ਇੰਨਾ ਜ਼ਿਆਦਾ ਕੈਂਸਰ ਆ ਗਿਆ ਵਾ ਤੇ ਹੁਣ ਉਹ ਪੰਜਾਬ ਦੇ ਵਿੱਚ ਵੀ ਆ ਰਿਹਾ ਜੇ ਆਪਾਂ ਇਹ ਚੀਜ਼ ਨੂੰ ਨਾ ਰੋਕਾਂਗੇ ਇਹ ਚੀਜ਼ ਨੂੰ ਰੋਕਣ ਦਾ ਇੱਕੋ ਹੀ ਤਰੀਕਾ ਹੈ ਕਿ ਆਪਾਂ ਫਲਦਾਰ ਜਿਹੜੀਆਂ ਕਰਾਪਸਿਆ ਉਹਨਾਂ ਨੇ ਸੋਇੰਗ ਕਰੀਏ ਉਹਨਾਂ ਦੀ ਇੱਕ ਤਾਂ ਜਿਹੜੀ ਹੈਗੀ ਫਰਟੀਲਾਈਜ਼ਰ ਹੈ ਜਿਹੜੀ ਖਾਦ ਆ ਉਹ ਬਹੁਤ ਘੱਟ ਹੈ ਉਹਨਾਂ ਦੀ ਰਿਕੁਆਇਰਮੈਂਟ ਜੀ ਦੂਸਰੀ ਗੱਲ ਕੀ ਉਹਨਾਂ ਤੋਂ ਆਪਾਂ 10 ਤੋਂ 12 ਗੁਣਾ ਜਿਹੜੀ ਯੀਲਡ ਆ ਉਹ ਕੱਢ ਸਕਦੇ ਆ ਐਸ ਕੰਪੇਅਰ ਟੂ ਜਿਹੜੀ ਕਣਕ ਹੋ ਗਿਆ ਜਾਂ ਝੋਨਾ ਹੋ ਗਿਆ ਜੀ ਕਸਰ ਵੀਰੋ ਪ੍ਰੋਫੈਸਰ ਹੁਣ ਦੱਸਿਆ ਕਿ ਜਿਹੜੀਆਂ ਇਹ ਖਾਦਾਂ ਜਾਂ ਇਹਨਾਂ ਕੈਮੀਕਲ ਵਰਤ ਰਹੇ ਆ ਉਹਦੇ ਨਾਲ ਪਹਿਲਾਂ ਜੇ ਬਠਿੰਡਾ ਸਾਈਡ ਤੇ ਕੈਂਸਰ ਬੋਜ ਦੀ ਵਧਦੀ ਸੀ ਤੇ ਹੁਣ ਸਾਡੀ ਪੱਟੀ ਸਾਈਡ ਵੇਖੀਏ ਤਾਂ ਇਧਰ ਵੀ ਬੋਜ ਦਾ ਸਟਾਰਟ ਹੋ ਚੁੱਕਾ ਆ ਕਾਰਨ ਉਹੀ ਆ ਕਿ ਇਹ ਫਰਟੀਲਾਈਜ਼ਰ ਕੋਈ ਕਰਦੇ ਆ ਉਹ ਖਾਦਾਂ ਜਿਆਦੀਆਂ ਵਰਤਨ ਲਾਪੇ ਆ ਔਰ ਅਸੀਂ ਉਹ ਫਸਲਾਂ ਨੂੰ ਇਹੀ ਸਮਝਦੇ ਆ ਕਿ ਖਾਦਾਂ ਨਾਲ ਹੀ ਨਾਲ ਝਾੜ ਵਧਣਾ ਜਦੋਂ ਕਿ ਇਹ ਹੈਗਾ ਨਹੀਂਗਾ ਇਸ ਤਰ੍ਹਾਂ ਤੇ ਅਸੀਂ ਇਸ ਵਿਸ਼ੇ ਤੇ ਉਹਨੇ ਗੱਲ ਪਾਈ ਸੋ ਫਿਰ ਕਿਸਾਨ ਨੂੰ ਕੀ ਕਰਨਾ ਚਾਹੀਦਾ ਹੈ ਦੇਖੋ ਜੀ ਆਪਾਂ ਇਹ ਤਾਂ ਨਹੀਂ ਹੁਣ ਜਿੰਨਾ ਆਪਾਂ ਫਰਟੀਲਾਈਜ਼ਰ ਯੂਜ਼ ਕਰ ਲਿਆ ਹੈ ਜਿਹੜੀ ਮਿੱਟੀ ਹੈ ਸਾਡੀ ਉਹਦੀ ਕੁਦਰਤੀ ਜਿਹੜੀ ਸ਼ਕਤੀ ਸੀ ਉਹ ਤਾਂ ਬਿਲਕੁਲ ਮਰ ਗਈ ਆ ਜੀ ਠੀਕ ਹੈ ਜੀ ਉਹਨੂੰ ਹੁਣ ਦੁਬਾਰਾ ਡਿਵੈਲਪ ਕਰਨ ਲਈ ਜੇ ਆਪਾਂ ਆਪਾਂ ਜਿਹੜੀਆਂ ਹੈਗੀਆਂ ਫਲਦਰ ਫਸਲਾਂ ਇਹ ਲਾਉਨੇ ਆ ਇੱਕ ਤਾਂ ਇਹ ੀਲਡ ਦਿੰਦੀਆਂ ਜੀ ਇੱਕ ਇਹ ਸੋਇਲ ਨੂੰ ਫਿਰ ਦੁਬਾਰਾ ਤੋਂ ਉਹਦੇ ਜਿਹੜੇ ਮਿਨਰਲ ਨਿਊਟਰੀਐਂਟਸ ਹੈ ਉਹਨਾਂ ਨੂੰ ਰੀਗੇਨ ਕਰਨ 'ਚ ਹੈਲਪ ਕਰਦੀਆਂ ਆ ਦੁਬਾਰਾ ਫਿਰ ਉਹ ਜ਼ਮੀਨ ਜਿਹੜੀ ਆ ਉਹ ਪਾਵਰਫੁਲ ਹੋ ਜਾਂਦੀ ਆ ਪਾਵਰਫੁਲ ਹੋ ਜਾਂਦੀ ਆ ਜੀ ਕਿਉਂਕਿ ਉਹਦੀ ਉਹਨੂੰ ਟਾਈਮ ਮਿਲ ਜਾਂਦਾ ਸੋਇਲ ਨੂੰ ਇੱਕ ਤਾਂ ਵੀ ਉਹ ਆਪਣੇ ਉਹ ਕਿਸ ਤਰ੍ਹਾਂ ਪ੍ਰੋਫੈਸਰ ਇਹਨਾਂ ਜਟਾ ਨੂੰ ਸਮਝਾਈਏ ਕਿ ਉਹ ਕਿਸ ਤਰ੍ਹਾਂ ਦੁਬਾਰਾ ਇਸ ਤਰ੍ਹਾਂ ਹੋ ਜਾਂਦੀ ਹੈ ਦੇਖੋ ਜੀ ਕਈ ਆਪਾਂ ਜਦੋਂ ਲਾ ਦਿੰਨੇ ਆ ਬਾਗ ਲਾ ਦਿੰਨੇ ਆ ਜਦੋਂ ਆਪਣੀ ਫਸਲ ਆਪਣੀ ਪੈਲੀ ਦੇ ਵਿੱਚ ਬਾਗ ਲਾਤਾ ਉਹਦੇ ਨਾਲ ਕੀ ਹੁੰਦਾ ਹੈ ਕਿ ਆਪਾਂ 6x6 ਤੇ ਲਾਉਨੇ ਆ ਜਾਂ 10x10 ਤੇ ਤੇ ਜਿਹੜੀ ਸੋਇਲ ਆ ਉਹ ਜਿਹੜਾ ਵਿੱਚ ਏਰੀਆ ਰਹਿ ਜਾਂਦਾ ਹੈ ਉਹਨੂੰ ਇੱਕ ਟਾਈਮ ਮਿਲ ਜਾਂਦਾ ਹੈ ਕਿ ਉਹ ਆਪਣੀ ਐਸਟੈਬਲਿਸ਼ ਕਰ ਲੇ ਕਿਉਂਕਿ ਸੋਇਲ ਚ ਪ੍ਰੋਪਰਟੀ ਆ ਕਿ ਟਾਈਮ ਦੇ ਨਾਲ ਜਿਵੇਂ ਉਹਦੇ ਵਿੱਚ ਆਪਾਂ ਖਾਦ ਰੂੜੀ ਇਹ ਯੂਜ਼ ਕਰ ਸਕਦੇ ਆ ਦੂਸਰੀਆਂ ਜਿਹੜੀਆਂ ਆਰਗੈਨਿਕ ਖਾਦਾਂ ਆ ਉਹਦੇ ਨਾਲ ਕੀ ਹੁੰਦਾ ਹੈ ਕਿ ਉਹਦੀ ਫਿਰ ਉਹ ਜਿਹੜੀ ਸ਼ਕਤੀ ਆ ਜੀ ਉਹ ਵੱਧ ਜਾਂਦੀ ਆ ਜੀ ਬਾਗਬਾਨੀ ਦਾ ਮੈਂ ਪ੍ਰੋਫੈਸਰ ਹੁਣਾ ਦੱਸਿਆ ਕਿ ਇੱਥੇ ਸਟੂਡੈਂਟ ਜਿਹੜੇ ਪਿਛਲੇ ਸਾਲ ਕਾਟੇ ਹੁਣ ਵੱਧਦੇ ਵੱਧੇ ਜਾ ਰਹੇ ਆ ਯਾਨੀ ਕਿ ਜੇ ਆਉਣ ਵਾਲਾ ਸਮਾਂ ਵੇਖੀਏ ਤੇ ਕਿਸਾਨ ਵੀ ਰਿਓ ਜਿਹੜਾ ਟੈਕਨੀਕ ਤੇ ਜਿਹੜਾ ਕਿ ਆਗੇ ਆਇਆ ਔਰ ਆਉਣ ਵਾਲੇ ਬੱਚੇ ਵੀ ਸਮਝਣ ਲੱਗ ਪਿਆ ਕਿ ਸਾਨੂੰ ਕੁਛ ਨਾ ਕੁਛ ਜਿਹੜੀ ਉਹ ਚੇਂਜ ਕਰਨੀ ਪਊਗੀ ਇਹ ਬਦਲਾਅ ਲਿਆਉਣਾ ਪਊਗਾ ਕਿਸਾਨਾਂ ਵਾਸਤੇ ਇਸ ਤਰ੍ਹਾਂ ਹੀ ਆਪਣਾ ਮਾਜਾ ਹੈਗਾ ਜੀ ਅੰਮ੍ਰਿਤਸਰ ਦੇ ਵਿੱਚ ਹੈਗੇ ਆ ਤੇ ਅੰਮ੍ਰਿਤਸਰ ਦੇ ਵਿੱਚ ਕਿਸਾਨਾਂ ਨੂੰ ਸਭਰ ਕਿੰਨਾ ਫਸਲਾਂ ਬਾਰੇ ਸੋਚਣਾ ਚਾਹੀਦਾ ਯਾਰ ਜੀ ਆਪਣਾ ਜਿਹੜਾ ਪੰਜਾਬ ਹੈ ਜਿਹੜਾ ਇਹ ਨਾਖਾਂ ਲਈ ਬੜਾ ਬਹੁਤ ਜ਼ਿਆਦਾ ਜਿਹੜੀ ਮਿੱਟੀ ਹੈ ਉਹ ਬੜੀ ਉਪਜਾਊ ਆ ਖਾਦਾਂ ਨੂੰ ਬੜਾ ਜ਼ਿਆਦਾ ਮਿਲਦਾ ਹੈ ਬੜੀ ਜ਼ਿਆਦਾ ਈਲਡ ਨਿਕਲਦੀ ਹੈ ਜੇ ਆਪਾਂ ਨਾਖਤੀ ਕ੍ਰੌਪ ਲਾਉਨੇ ਆਪਣੇ ਫੀਲਡਾਂ 'ਚ ਨਾਖਤੀ ਕ੍ਰੌਪ ਲਾਉਨੇ ਆ ਦੂਸਰੀ ਗੱਲ ਕਰੀਏ ਤਾਂ ਕਿੰਨੂ ਕਿੰਨੂ ਬਹੁਤ ਹੀ ਵਧੀਆ ਅੱਜਕਲ ਵੈਰਾਈਟੀ ਆ ਰਹੀ ਹੈ ਡੇਜ਼ੀ ਟੈਂਜਰੀ ਨਵੀਂ ਵੈਰਾਈਟੀ ਡਵੈਲਪ ਕੀਤੀ ਆ ਪੀਏਯੂ ਨੇ ਜਾਂ ਹੋਰ ਉਹ ਆ ਰਹੀ ਆ ਉਹਦੇ ਨਾਲ ਕੀ ਹੁੰਦਾ ਹੈ ਕਿ ਉਹ ਸੀਡਲੈਸ ਆ ਇੱਕ ਤਾਂ ਕੁਆਲਿਟੀ ਬਹੁਤ ਵਧੀਆ ਹੈ ਇੱਕ ਉਹਦਾ ਫਰੂਟ ਜਿਹੜੀ ਕੁਆਲਿਟੀ ਆ ਕੰਟੈਂਟ ਆ ਜੂਸ ਆ ਉਹ ਬਹੁਤ ਜ਼ਬਰਦਸਤ ਆ ਦੂਸਰੀ ਗੱਲ ਕੀ ਉਹ ਆ ਪੰਜਾਬ ਦੀ ਸੋਇਲ ਦੇ ਵਿੱਚ ਇੰਨਾ ਜ਼ਿਆਦਾ ਵਧੀਆ ਰਿਜ਼ਲਟ ਦੇ ਰਹੀ ਆ ਜੇ ਉਹ ਲਾਉਂਦੇ ਆ ਤੇ ਉਹਦੇ ਚੋ ਕਿ ਕਣਕ ਦੇ ਹਿਸਾਬ ਨਾਲ 15 ਗੁਣਾ ਜਿਹੜੀ ਆਪਾਂ ਨੂੰ ਯੀਲਡ ਆ ਵੱਧ ਮਿਲਦੀ ਆ ਤੇ ਜਿਹੜਾ ਵਾ ਡਿਮਾਂਡ ਵੀ ਕਿੰਨੋ ਦੀ ਆ ਜਿਹੜੀ ਸਾਲ ਦੇ ਵਿੱਚ ਬਹੁਤ ਵਧੀਆ ਮਾਰਕੀਟ ਦੇ ਵਿੱਚ ਆ ਕਿੰਨੂ ਦੇ ਨਾਲ ਤੁਸੀਂ ਮਸ਼ਵਾਰਸ਼ ਕਰਦੇ ਜੇ ਕਿ ਕਿਸਾਨਾਂ ਨੂੰ ਲਾਉਣੇ ਚਾਹੀਦੇ ਆ ਜੇ ਅਗਰ ਪ੍ਰੋਫੈਸਰ ਸਾਰੇ ਇੱਕ ਸਾਲ ਲਾਉਣਗੇ ਤਾਂ ਉਹਨਾਂ ਨੂੰ ਨੁਕਸਾਨ ਇਸ ਗੱਲ 'ਚ ਫਿਰ ਫਾਇਦਾ ਕੱਟ ਨਹੀਂ ਮਿਲੂਗਾ ਨਹੀਂ ਜੀ ਉਹ ਇੱਕ ਹੈਗਾ ਵਾ ਕਿ ਆਪਾਂ ਟਾਈਮ ਦੇ ਨਾਲ ਲਾ ਸਕਦੇ ਹਾਂ ਜਿੱਦਾਂ ਇੱਕ ਜੇ ਤਾਂ ਸਾਰੇ ਇਕੱਠੇ ਲਾ ਲੂਗੇ ਤਾਂ ਉਹ ਤਾਂ ਗਲਟ ਆ ਜਾਊਗਾ ਮਾਰਕੀਟ ਦੇ ਵਿੱਚ ਠੀਕ ਹੈ ਜਿਹੜੀਆਂ ਕਈ ਵੈਰਾਈਟੀਆਂ ਜਿਹੜੀਆਂ अर्ਲੀ ਮੈਚਿਓਰਿੰਗ ਆ ਜੇ ਤਾਂ ਉਹ अर्ਲੀ ਮਾਰਕੀਟ ਚ ਆ ਜੂਗੀਆਂ ਤੇ ਉਹਦੇ ਨਾਲ ਜਿਹੜਾ ਫਾਰਮਰ ਹੈ ਉਹਨੂੰ ਵਧੀਆ ਪ੍ਰਾਈਸ ਮਿਲ ਜੂਗਾ ਤੇ ਕਈ ਹੈਗੀਆਂ ਲੇਟ ਮੈਚਿਓਰਿੰਗ ਜੇ ਉਹ ਲੇਟ ਡਿਵੈਲਪ ਹੋ ਗਈਆਂ ਤੇ ਮਾਰਕੀਟ ਦੇ ਵਿੱਚ ਉਹਨਾਂ ਨੂੰ ਪ੍ਰੋਪਰ ਪ੍ਰਾਈਸ ਮਿਲ ਜੂਗਾ ਜੇ ਇੱਕੋ ਟਾਈਮ ਤੇ ਆਉਣਗੀਆਂ ਤੇ ਉਹਦਾ ਤਾਂ ਫਿਰ ਨੁਕਸਾਨ ਹੀ ਹੈ ਪਰ ਅੱਜ ਕੱਲ ਵੈਰਾਈਟੀਆਂ ਆ ਗਈਆਂ ਲੇਟ ਤੇ अर्ਲੀ ਜਿੰਨਾਂ ਦੇ ਨਾਲ ਫਾਇਦਾ ਹੋ ਜਾਂਦਾ ਫਾਰਵਰ ਅ ਜਿੰਨਾ ਪੈਸਾ ਵੇਖਿਆ ਕਿ ਅੱਜ ਜਿਹੜਾ ਝੋਨਾ ਆ ਕਣਕ ਆ ਇਹ ਬਹੁਤ ਜ਼ਿਆਦਾ ਇਹਨਾਂ ਤੇ ਖਰਚਾ ਬਹੁਤ ਜ਼ਿਆਦਾ ਆਉਣ ਲੱਗ ਪਿਆ ਲਗਤ ਜਿਹੜੀ ਹੈ ਬੇਹਦ ਆਉਣ ਲੱਗੀ ਆ ਸਭ ਤੋਂ ਵੱਡੀ ਗੱਲ ਲੇਬਰ ਦੀ ਲਗਤ ਬਹੁਤ ਜ਼ਿਆਦੀ ਆ ਇਹਨਾਂ ਦੀ ਕਲਟਿੰਗ ਹੈ ਜਿਹੜੀ ਨੇ ਪਲੋਇੰਗ ਹੈ ਇਹਨਾਂ ਨੂੰ ਵਹਣਾ ਆ ਇਹ ਬਹੁਤ ਜ਼ਿਆਦਾ ਖਰਚੇ ਆਉਣ ਲੱਗ ਪਿਆ ਬਾਗ ਦੇ ਕੀ ਹਜੇ ਖਰਚੇ ਜ਼ਿਆਦਾ ਆਉਂਦੇ ਘਟ ਆਉਂਦੇ ਆ ਨਹੀਂ ਜੀ ਉਹਦੀ ਇੰਨੀ ਜ਼ਿਆਦਾ ਲੇਬਰ ਇੰਟੈਂਸਿਵ ਨਹੀਂ ਹੈਗਾ ਜਸਟ ਕਿ ਉਹਦੇ ਵਿੱਚ ਗ੍ਰਾਸਸ ਜਿਹੜੇ ਆ ਉਹਨਾਂ ਦੀ ਆਪਾਂ ਨੂੰ ਵੀਡਿੰਗ ਕਰਨੀ ਪੈਂਦੀ ਆ ਬਾਕੀ ਉਧਰ ਦੇਖੋ ਤੁਸੀਂ ਉਹਦੇ ਵਿੱਚ ਕਿੰਨਾ ਜ਼ਿਆਦਾ ਫਰਟੀਲਾਈਜ਼ਰ ਖਾਦ ਜਿਹੜੀ ਆ ਕਣਕ ਝੋਨੇ ਨੂੰ ਰეკਮੈਂਡਡ ਡੋਸ ਤੋਂ ਕਿਤੇ ਜ਼ਿਆਦਾ ਅੱਜ ਕੱਲ ਪੈ ਰਹੀ ਆ ਠੀਕ ਆ ਜੀ ਇੱਕ ਤਾਂ ਉਹਦਾ ਜਿਹੜੀ ਆ ਕਾਸਟ ਵੱਧ ਰਹੀ ਆ ਪ੍ਰੋਡਕਸ਼ਨ ਕਾਸਟ ਵੱਧ ਰਹੀ ਆ ਦੂਸਰਾ ਕੀ ਸਾਡੀ ਹੈਲਥਲੀ ਪ੍ਰੋਬਲਮ ਆ ਪਰ ਜੇ ਆਪਾਂ ਇੱਧਰ ਦੇਖੀਏ ਜਿਹੜੀ ਬਾਗਬਾਨੀ ਦੀਆਂ ਕ੍ਰੌਪਸ ਆ ਇਹਨਾਂ 'ਚ ਇੱਕ ਵਾਰੀ ਫਰਵਰੀ ਮਾਰਚ ਜਦੋਂ ਆਪਾਂ ਥੋੜੀ ਖਾਦ ਪਾਉਣੀ ਆ ਤੇ ਇੱਕ ਵਾਰੀ ਆਪਾਂ ਪਾਉਣੀ ਆ ਜੂਂਝ ਲਈ ਦੇ ਵਿੱਚ ਠੀਕ ਆ ਜੀ ਤੇ ਜਿਆਦਾ ਇਹਦਾ ਕੰਮ ਨਹੀਂ ਹੈਗਾ ਸਿਰਫ ਆਪਾਂ ਇਹਦੀ ਵੀਡਿੰਗ ਕਰਨੀ ਹੈ ਜੀ ਬਸ ਇਹਦੀ ਵੀਡਿੰਗ ਕਰਨੀ ਹੈ ਹਾਂਜੀ ਸੋ ਕਿਸਾਨ ਵੀਰੋ ਤੁਹਾਡੇ ਨਾਲ ਗੱਲ ਕਰ ਰਹੇ ਆ ਕਿ ਕਿ ਸਜਾ ਕਿ ਅੱਜ ਕੱਲ ਪਾਣੀ ਦੀ ਦਿੱਕਤ ਬਹੁਤ ਜ਼ਿਆਦਾ ਆ ਰਹੀ ਆ ਸਾਡੇ ਜੋ ਪਾਣੀ ਦਾ ਲੈਵਲ ਆ ਬਹੁਤ ਥੱਲੇ ਜਾ ਰਿਹਾ ਤੁਸੀਂ ਵੇਖ ਰਹੇ ਜੇ ਖਾਦਾਂ ਪਾਉਣ ਦੇ ਨਾਲ ਜਿਹੜਾ ਉਹ ਬਿਮਾਰੀਆਂ ਬਹੁਤ ਜਿਆਦੀਆਂ ਲੱਗ ਰਹੀਆਂ ਆ ਸੋ ਸਾਡੀ ਇਸੇ ਵਿੱਚ ਦੇ ਗੱਲ ਪ੍ਰੋਫੈਸਰਾਂ ਨਾਲ ਚੱਲ ਰਹੀ ਆ ਕਿ ਜੇ ਸਾਡੀ ਖੇਤੀ ਬੜੀ ਆ ਉਹ ਸਾਨੂੰ ਬਦਲਾ ਕਰਨੇ ਚਾਹੀਦੇ ਆ ਸਾਨੂੰ ਬਾਗਬਾਨੀ ਵੱਲ ਧਿਆਨ ਦੇਣਾ ਚਾਹੀਦਾ ਜਿਹੜੀਆਂ ਕਿ ਫਸਲਾਂ ਤੋਂ ਸਾਨੂੰ ਇਹ ਇਹਨਾਂ ਤੋਂ ਜਿਹੜੇ ਫਸਲਾਂ ਜੇ ਤੁਸੀਂ ਕਹਿ ਰਹੇ ਜਿ ਤਰ੍ਹਾਂ ਨਾਖਿਆ ਜਾਂ ਦੂਸਰੀ ਫਸਲ ਤੁਸੀਂ ਕਿੰਨੂ ਆ ਇਸ ਤੋਂ ਇਲਾਵਾ ਇਸ ਤਰ੍ਹਾਂ ਦੀ ਦੂਜੀਆਂ ਸਟੇਟਾਂ ਹੈਗੀਆਂ ਆ ਗੁਜਰਾਤ ਸਾਈਡ ਜਾਂ ਉਧਰ ਕੇਲੇ ਵਗੈਰਾ ਬਹੁਤ ਹੁੰਦੇ ਆ ਉਹ ਇਧਰ ਕੇਲਾ ਵੀ ਹੋ ਸਕਦਾ ਬਿਲਕੁਲ ਹੋ ਸਕਦਾ ਜੀ ਅੱ ਤਾਂ ਤੁਸੀਂ ਦੇਖੋ ਆੜੂ ਜਿਹੜਾ ਸੀ ਉਹ ਪਹਿਲਾਂ ਹਿਮਾਚਲ ਵੱਲੋਂ ਆਉਂਦਾ ਸੀ ਜਾਂ ਨਾਕਾ ਸੀ ਉਹ ਹਿਮਾਚਲ ਵੱਲੋਂ ਆਉਂਦੀਆਂ ਸੀ ਅੱਜ ਕੱਲ ਨਵੀਂ ਇੱਕ ਸੇਬ ਦੀ ਵੈਰਾਈਟੀ ਤਿਆਰ ਕਰ ਲਈ ਹੈ ਜਿਹੜੀ ਕਿ ਬਹੁਤ ਵਧੀਆ ਪ੍ਰੋਡਕਸ਼ਨ ਦੇ ਰਹੀ ਹੈ ਪੰਜਾਬ ਦੇ ਵਿੱਚ ਸੇਬ ਜੀ ਸੇਬ ਦੀ ਹਾਂਜੀ ਐ Apple ਦੀ ਵੈਰਾਈਟੀ ਉਹਦਾ ਨਾਮ ਹੈਗਾ ਹਰੀਮਨ 99 ਵੈਰਾਈਟੀ ਡਿਵੈਲਪ ਕੀਤੀ ਹੈ ਜੀ ਔਰ ਇਹ yield ਪੰਜਾਬ ਦੇ ਵਿੱਚ ਵੀ ਬਹੁਤ ਵਧੀਆ ਆ ਰਹੀ ਹੈ ਬਹੁਤ ਵਧੀਆ ਕੁਆਲਿਟੀ ਦੇ ਜਿਹੜੇ ਐਪਲਸ ਆ ਉਹ ਪ੍ਰੋਡਿਊਸ ਕਰ ਸਕਦੇ ਆ ਆਪਾਂ ਉਹਦੇ ਨਾਲ ਉਹ ਕਿਸਾਨਾਂ ਨੂੰ ਕਿਸ ਤਰ੍ਹਾਂ ਨੋਲਜ ਮਿਲੂਗੀ ਜੀ ਕਿੱਥੋਂ ਮਿਲੂਗੀ ਉਹਦਾ ਜੀ ਮੈਂ ਮੈਨੂੰ ਲੱਗਦਾ ਹੈ ਕਿ ਗਵਰਨਮੈਂਟ ਨੂੰ ਥੋੜੇ ਜਿ ਇਨੀਸ਼ੀਏਟਿਵਸ ਲੈਣੇ ਚਾਹੀਦੇ ਆ ਜਿਵੇਂ ਪਿੰਡ ਹੋਗੇ ਪਿੰਡਾਂ 'ਚ ਜਾ ਕੇ ਕੈਂਪਸ ਲਵਾਉਣੇ ਚਾਹੀਦੇ ਆ ਤੇ ਕਿਸਾਨਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ ਕਿ ਇਹੋ ਜਿਹੀਆਂ ਵੀ ਵੈਰਾਈਟੀਆਂ ਆ ਗਈਆਂ ਜਿਹੜੀਆਂ ਪੰਜਾਬ ਦੀਆਂ ਕੰਡੀਸ਼ਨਸ ਦੇ ਵਿੱਚ ਵੀ ਬਹੁਤ ਵਧੀਆ ਜਿਹੜਾ ਪਰਫਾਰਮ ਕਰ ਰਹੀਆਂ ਐ ਤੇ ਬਹੁਤ ਵਧੀਆ ਯੀਲਡ ਉਹਨਾਂ ਨੂੰ ਦੇ ਸਕਦੀਆਂ ਐ ਥੋੜੇ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਜਨਾ ਝਾੜ ਵੀ ਬਹੁਤ ਵਧੀਆ ਮਿਲੂਗਾ ਖਰਚਾ ਵੀ ਦਰਮਿਆਨਾ ਹੋਊਗਾ ਖਰਚਾ ਵੀ ਘੱਟ ਪਾਣੀ ਦੀ ਰਿਕੁਆਇਰਮੈਂਟ ਵੀ ਉਹਨਾਂ ਦੀ ਬਹੁਤ ਘੱਟ ਐ ਇਹਨਾਂ ਨੂੰ ਬਿਮਾਰੀਆਂ ਵਗੈਰਾ ਵਿੱਚ ਜਿਸ ਤਰ੍ਹਾਂ ਹੁਣ ਚੋਨੇ ਨੂੰ ਬਹੁਤ ਬਿਮਾਰੀਆਂ ਲੱਗਣ ਲੱਗ ਪਈਆਂ ਕਣਕਾਂ ਨੂੰ ਹੁਣ ਕੁੰਗੀ ਪਈ ਜਾ ਰਹੀ ਆ ਤੇ ਬਾਗ ਦਾ ਕਿਸ ਤਰ੍ਹਾਂ ਹੁੰਦਾ ਜੀ ਦਾ ਵਿੱਚ ਬਾਗ ਦਾ ਜ਼ਿਆਦਾ ਨਹੀਂ ਕੋਈ ਹੈਗਾ ਇਹਦਾ ਇੱਕ ਆਰਗੇਨਿਕ ਤਰੀਕਾ ਆ ਆਪਾਂ ਬਿਮਾਰੀਆਂ ਤੋਂ ਬਚਾ ਸਕਦੇ ਆ ਬਾਗ ਆਪਾਂ ਇੱਕ ਨੀਮ ਆਇਲ ਹੁੰਦਾ ਆ ਨੀਮ ਐਕਸਪੈਕਟ ਉਹਨੂੰ ਬੋਲਦੇ ਆ ਜਿਹੜਾ ਨਿੰਮ ਦਾ ਤੇਲ ਆ ਉਹਨੂੰ ਆਪਾਂ ਪਾਣੀ ਦੇ ਵਿੱਚ ਮਿਕਸ ਕਰਕੇ ਦੋ ਤਿੰਨ ਵਾਰੀ ਸਪਰੇਅ ਕਰਾਂਗੇ ਤੇ ਉਹਦੀਆਂ ਪ੍ਰੋਬਲਮਸ ਜੀ ਕਾਫੀ ਹੱਦ ਤੱਕ ਜਿਹੜੀਆਂ ਜਿਵੇਂ ਇਨਸੈਕਟ ਹੋ ਗਏ ਕੀੜੇ ਪੈਂਦੇ ਆ ਉਹ ਨਹੀਂ ਪੈਂਦੇ ਬਾਗਾਂ ਨੂੰ ਉਹ ਨਹੀਂ ਪੈਣਗੇ ਨਹੀਂ ਪੈਣਗੇ ਹਾਂਜੀ ਉਹਨਾਂ ਨਾਲ ਆਪਾਂ ਆਪਣੇ ਬਾਗ ਜਿਹੜੇ ਉਹਨਾਂ ਨੂੰ ਥੋੜੇ ਪੈਸਿਆਂ ਦੇ ਵਿੱਚ ਕੋਈ ਜ਼ਿਆਦਾ ਮਹਿੰਗਾ ਨਹੀਂ ਹੈ ਨੀਮ ਆਇਲ ਤੇ ਇੱਕ ਹੈਗਾ ਆਰਗੈਨਿਕ ਆ ਜੇ ਮਤਲਬ ਕਿ ਪਲਾਂਟਸ ਤੋਂ ਹੀ ਕੱਢਿਆ ਗਿਆ ਐਕਸਪੈਕਟ ਆ ਕਿ ਬੈਨੀਫਿਟ ਕਰਦਾ ਹੈ ਪਲਾਂਟਸ ਨੇ ਜਿਸ ਤਰ੍ਹਾਂ ਆ ਕਾਫੀ ਮੈਂ ਵੇਖ ਰਿਹਾ ਲੇਬਰ ਵੀ ਲੱਗੀ ਆ ਔਰ ਉਹਦੇ ਸਟੂਡੈਂਟ ਵੀ ਕੰਮ ਕਰ ਰਹੇ ਆ ਤੇ ਸਟੂਡੈਂਟ ਜਿਹੜੇ ਆਉਣ ਵਾਲੇ ਵਿਦਿਆਰਥੀ ਨੇ ਵੀ ਦੱਸੀ ਆ ਆਪਾਂ ਪ੍ਰੋਫੈਸਰ ਸਾਹਿਬ ਕਿ ਉਹਨਾਂ ਨੂੰ ਵੀ ਇਸ ਪੜ੍ਹਾਈ ਦੇ ਵਿੱਚ ਕੋਈ ਫਾਇਦਾ ਮਿਲਦਾ ਬਿਲਕੁਲ ਜੀ ਬਹੁਤ ਫਾਇਦਾ ਹੈ ਇੱਥੇ ਉਹਨਾਂ ਜਦੋਂ ਆਉਂਦੇ ਨੇ ਸਟੂਡੈਂਟ ਤਾਂ ਪਹਿਲਾਂ ਤਾਂ ਉਹ ਦੇਖਦੇ ਨੇ ਸਾਰੇ ਫੀਲਡ ਦੇਖਦੇ ਨੇ ਪਲਾਂਟਸ ਦੇਖਦੇ ਨੇ ਫਿਰ ਉਹਨਾਂ ਨੂੰ ਪਤਾ ਲੱਗਦਾ ਕਿ ਆਪਾਂ ਇੱਕੋ ਪਲਾਂਟ ਦੇ ਉੱਤੇ ਚਾਰ ਤਰ੍ਹਾਂ ਦੀਆਂ ਵੈਰਾਈਟੀਆਂ ਡਿਵੈਲਪ ਕਰ ਸਕਦੇ ਆ ਇੱਕੋ ਪਲਾਂਟ ਤੋਂ ਹੀ ਆਪਾਂ ਆੜੂ ਵੀ ਲੈ ਸਕਦੇ ਆ ਇੱਕੋ ਪਲਾਂਟ ਤੋਂ ਹੀ ਆਪਾਂ ਨਾਖ ਵੀ ਲੈ ਸਕਦੇ ਆ ਤੇ ਇੱਕੋ ਦੇ ਹੀ ਆਪਾਂ ਕੋਈ ਵੀ ਹੋਰ ਜੇ ਵੈ ਲੂਚਾ ਹੋ ਗਿਆ ਉਹ ਇੱਕੋ ਪਲਾਂਟ ਤੇ ਹੀ ਆਪਾਂ ਤਿੰਨ ਤਰ੍ਹਾਂ ਦੇ ਫਰੂਟਸ ਆਪਾਂ ਡਿਵੈਲਪ ਕਰ ਸਕਦੇ ਆ। ਅੱਛਾ ਜੀ। ਹਾਂ ਜੀ ਉਹ ਆਪਾਂ ਗ੍ਰਾਫਟਿੰਗ ਦੇ ਮੈਥਡ ਉਹਨਾਂ ਨੂੰ ਸਟੂਡੈਂਟਸ ਨੂੰ ਸਿਖਾਉਂਦੇ ਆ ਗ੍ਰਾਫਟਿੰਗ, ਬੱਡਿੰਗ ਹੋ ਗਿਆ, ਲੇਰਿੰਗ ਹੋ ਗਿਆ ਇਹ ਡਿਫਰੈਂਟ ਟਾਈਪਸ ਮੈਥਡ ਆ ਜਿਹੜੇ ਉਹਨਾਂ ਨੂੰ ਆਪਾਂ ਦੱਸਦੇ ਆ ਕਿ ਨਵੀਆਂ ਵੈਰਾਈਟਿਸ ਕਿਦਾਂ ਤਿਆਰ ਕਰਨੀਆਂ ਆ। ਆ ਸਾਰਾ ਜਿਹੜਾ ਤੇ ਇੱਥੇ ਆਪਾਂ ਕਰਦੇ ਆ ਜੀ ਇਹ ਆਪਣੇ ਕਾਲਜ ਵੱਲੋਂ ਇਹ ਇਹਨਾਂ ਦੀ ਤਿਆਰੀ ਕਿਉਂ ਕਰਵਾਈ ਜਾ ਰਹੀ ਆ ਇਹ ਚੀਜ਼ਾਂ ਦੀ? ਏ ਜੀ ਆ ਕਈ ਤਾਂ ਐਮ ਐਸ ਸੀ ਦੇ ਸਟੂਡੈਂਟਸ ਨੇ ਜਿਹੜੇ ਪੋਸਟ ਗ੍ਰੈਜੂਏਸ਼ਨ ਕਰਨ ਆਏ ਨੇ ਉਹਨਾਂ ਨੂੰ ਰਿਸਰਚ ਵਰਕ ਦੇ ਦਿੰਨੇ ਆ ਅਸੀਂ ਕੋਈ ਵੀ ਕਿ ਤੁਸੀਂ ਆਹ ਲਈ ਚੀਜ਼ ਤੇ ਰਿਜ਼ਲਟ ਕੱਢੋ ਕਿ ਇਹਦਾ ਅੱਗੇ ਜਾ ਕੇ ਕਿਹੜੀ ਕ੍ਰੌਪ ਦਾ ਕਿਹੜੀ ਵੈਰਾਈਟੀ ਦਾ ਕੀ ਅਸਰ ਹੁੰਦਾ ਆ ਕਿਹੜੀ ੀਲਡ ਕਿੰਨੀ ਦਿੰਦੀ ਆ ਸੋ ਇਸ ਕਰਕੇ ਅਸੀਂ ਉਹਨਾਂ ਦੇ ਐਕਸਪੈਰੀਮੈਂਟ ਟ੍ਰਾਇਲਸ ਲਵਾਉਂਦੇ ਆ ਤਾਂ ਕਿ ਸਾਨੂੰ ਵੀ ਪਤਾ ਲੱਗ ਸਕੇ ਕਿ ਨਵੀਂ ਵੈਰਾਈਟੀ ਜਿਹੜੀ ਪੰਜਾਬ ਦੀਆਂ ਕੰਡੀਸ਼ਨਸ 'ਚ ਉਹ ਕਿਦਾਂ ਬਿਹੇਵ ਕਰਦੀ ਆ ਜਾਂ ਕਿੰਨੀ ਕੁ ੀਲਡ ਦਿੰਦੀ ਆ ਜੀ ਅ ਤੁਸੀਂ ਵੇਖ ਰਹੇ ਕਿ ਇਸ ਵੇਲੇ ਸਟੂਡੈਂਟ ਵੀ ਇਸ ਵੇਲੇ ਬਾਗਬਾਨੀ ਕਰ ਰਹੇ ਆ ਔਰ ਆਪਾਂ ਸਰੋਨਰ ਕਹਿੰਨੇ ਸਰੋਨਨ ਨਾਲ ਗੱਲਬਾਤ ਕਰ ਸਕਦੇ ਆ ਆਪਾਂ ਤੋਂ ਹਾਂਜੀ ਹਾਂਜੀ ਜਰੂਰ ਉਹਨਾਂ ਦਾ ਐਮ ਐਸ ਸੀ ਦਾ ਟ੍ਰਾਇਲ ਚੱਲ ਰਿਹਾ ਹੈ ਆਪਣੀ ਤਿਆਰੀ ਕਰ ਰਹੇ ਨੇ ਪੋਲੀ ਬੈਗਸ ਦੇ ਵਿੱਚ ਸੋਇਲ ਮਿਕਸ ਜਿਹੜਾ ਹੈ ਉਹਨੂੰ ਫਿਲ ਕਰ ਰਹੇ ਨੇ ਫਿਰ ਉਹਨਾਂ ਦੇ ਉਹਦੇ ਵਿੱਚ ਕਟਿੰਗਸ ਲਾਉਣਗੇ ਤੇ ਚਲੋ ਅੱਜ ਤੁਹਾਡੀ ਗੱਲ ਕਰਾ ਦਿੰਨੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਅ ਤੁਸੀਂ ਜਿਹੜੀ ਬਾਗਬਾਨੀ ਸਟੱਡੀ ਹੈ ਕਿ ਸ਼ਹਿਰੀ ਵੇਖਣ ਦੇ 바ਜੂ ਲੱਗਦੇ ਸਾਰੇ ਸਟੂਡੈਂਟ ਤਾਂ ਤੁਹਾਨੂੰ ਇਹ ਕਿਉਂ ਚੰਗੀ ਲੱਗਦੀ ਜਦੋਂ ਕਿ ਇਹ ਮਿਹਨਤ ਵਾਲਾ ਕੰਮ ਹੈ ਸਰ ਹਾਂਜੀ ਮੀਨਤ ਵਾਲਾ ਕੰਮ ਤਾਂ ਜ਼ਰੂਰ ਹੈ ਬਟ ਸਰ ਆਪਾਂ ਮੋਸਟਲੀ ਦੇਖਦੇ ਆਂ ਅੱਜਕੱਲ ਪੰਜਾਬ ਦੇ ਵਿੱਚ ਦੋ ਹੀ ਫਸਲਾਂ ਚੱਲਦੀਆਂ ਕਣਕ ਤੇ ਝੋਨਾ ਸਰ ਬਾਗਬਾਨੀ ਜੇ ਆਪਾਂ ਕਰਾਂਗੇ ਤਾਂ ਬੈਸਟ ਅਲਟਰਨੇਟਿਵ ਹੈ ਇੱਕ ਤਾਂ ਵਾਟਰ ਕੰਜ਼ਮਪਸ਼ਨ ਥੋੜੀ ਘੱਟ ਹੁੰਦੀ ਉਹਦੇ ਨਾਲ ਜਿਵੇਂ ਝੋਨੇ ਵਿੱਚ ਮੋਸਟਲੀ ਆਪਾਂ ਵਾਟਰ ਜ਼ਿਆਦਾ ਕੰਜ਼ੂਮ ਕਰਦੇ ਆਂ ਉਹਦੇ ਨਾਲ ਵਾਟਰ ਲੈਵਲ ਬਹੁਤ ਲੋਅ ਹੋ ਜਾਂਦਾ ਆਪਣਾ ਉਸ ਕਰਕੇ ਸਰ ਜੇ ਆਪਾਂ ਫਰੂਟ ਫਰੂਟ ਪ੍ਰੋਡਕਸ਼ਨ ਕਰਾਂਗੇ ਇੱਕ ਤਾਂ ਫਰੂਟ ਦੀ ਆਪਣੀ ਜਿਹੜੀ ਕੰਜ਼ਮਪਸ਼ਨ ਆ ਉਹ ਇਨਕਰੀਜ਼ ਹੋਊਗੀ ਦੂਸਰਾ ਡਾਈਟ ਦੇ ਵਿੱਚ ਇੰਪਰੂਵਮੈਂਟ ਆਊਗੀ ਤੀਜਾ ਸਰ ਜਿਹੜਾ ਆਪਣਾ ਮਤਲ ਬਾਕੀ ਵਾਟਰ ਵਾਟਰ ਲੈਵਲ ਵਾਟਰ ਟੇਬਲ ਸਾਰਾ ਸੋਇਲ ਬੈਲੈਂਸ ਹੋ ਠੀਕ ਹੋਊਗਾ ਸੋਇਲ ਬੈਲੈਂਸ ਵੀ ਠੀਕ ਹੋ ਜਾਊਗਾ ਅਰ ਤੁਹਾਨੂੰ ਮਤਲਬ ਤੁਹਾਡੇ ਜਿਹੜਾ ਇਹਨਾਂ ਇੰਟਰਸਟ ਇਸ ਜਿਹੜੀ ਸਟੱਡੀ ਦੀ ਕਿਉਂ ਮਿਲ ਕਿਸ ਤਰ੍ਹਾਂ ਇਹਦੇ ਵਿੱਚ ਕੋਈ ਜੌਬ ਦੇ ਚਾਂਸਿਸ ਚੰਗੇ ਆ ਸਰ ਹਾਂਜੀ ਜੌਬ ਦੇ ਚਾਂਸਿਸ ਤਾਂ ਚਲੋ ਹੈਗੇ ਹੀ ਬਟ ਸਰ ਬਾਕੀ ਆਪਣਾ ਖੁਦ ਦਾ ਇੰਟਰਸਟ ਹੁੰਦਾ ਹੈ ਉਹ ਸਰ ਫਰੂਟ ਫਰੂਟ ਆਪਣੀ ਡਾਈਟ ਦਾ ਮੋਸਟ ਇੰਪੋਰਟੈਂਟ ਪਾਰਟ ਆ ਐਂਡ ਆਪਣੀ ਬਾਡੀ ਦਾ ਵੀ ਬਹੁਤ ਜ਼ਿਆਦਾ ਵਧੀਆ ਮਤਲਬ اپنی باڈی ਦੇ ਵਿੱਚ کافی ਨਿਊਟ੍ਰੀਐਂਟ ਜਿਹੜੇ ਫੂਡ ਫਰੂਟ ਦੇ ਨਾਲ ਹੀ ਮਤਲਬ ਪ੍ਰੋਵਾਈਡ ਹੁੰਦੀ ਹੈ ਇਸ ਕਰਕੇ ਸਰ ਆਪਣਾ ਮਤਲਬ ਜਿਆਦਾ ਇੰਟਰਸਟਿੰਗ ਸਬਜੈਕਟ ਲੱਗਦਾ ਮੈਨੂੰ ਇਹ ਧੰਨਵਾਦ ਤੁਹਾਡਾ ਸੋ ਕਿਸਾਨ ਵੀਰੋ ਤੁਸੀਂ ਵੇਖ ਰਹੇ ਜੇ ਕੋਈ ਪ੍ਰੋਫੈਸਰ ਨੇ ਨਾਲੇ ਵਿਦਿਆਰਥੀਆਂ ਨੂੰ ਮਿਲਾਇਆ ਆ ਔਰ ਵਿਦਿਆਰਥੀ ਨੇ ਇਹੀ ਦੱਸਿਆ ਹੈ ਕਿ ਆਉਣ ਵਾਲਾ ਸਮਾਂ ਜਿਹੜਾ ਉਹ ਸਾਡਾ ਸਾਰਿਆਂ ਦਾ ਨੈਤਿਕ ਫਰਜ਼ ਬੰਦਾ ਆ ਇਹ ਰਲ ਮਿਲ ਕੇ ਇਸ ਧਰਤੀ ਨੂੰ ਬਚਾਉਣਾ ਦਾ ਵੀ ਆ ਔਰ ਜੋ ਅਸੀਂ ਕੈਮੀਕਲ ਪਾ ਕੇ ਜਾਂ ਜਿਆਦਾ ਪਾਣੀ ਦੀ ਜਿਆਦੀ ਵਰਤੋਂ ਕਰਕੇ ਧਰਤੀ ਨੂੰ ਬਿਲਕੁਲ ਹੀ ਗਰਾਵਟ ਵੱਲ ਲੈ ਗਏ ਆ ਤਾਂ ਉਸ ਕਰਕੇ ਸਾਡਾ ਸਾਰਿਆਂ ਦਾ ਫਰਜ਼ ਹੈ ਸਾ ਇਸ ਬਾਗਬਾਨੀ ਦੀ ਖੇਤੀਬਾੜੀ ਦੇ ਵਿੱਚ ਪ੍ਰੋਫੈਸਰ ਤੁਹਾਨੂੰ ਆਖਰੀ ਇੱਕ ਛੋਟੀ ਬੇਨਤੀ ਕਰਨੀ ਹੈ ਕਿਸਾਨਾਂ ਨੂੰ ਆਉਣ ਵਾਲੇ ਇੱਕ ਵਧੀਆ ਮੈਸੇਜ ਦਿਓ ਜਿਹੜਾ ਇਹਨਾਂ ਬਾਰੇ 2-3 ਮਿੰਟ ਦਾ ਤੁਸੀਂ ਮੈਸੇਜ ਦਿਓ ਜਿਹੜਾ ਉਹ ਸਮਝ ਸਕਣ ਕਿ ਇਹ ਕੀ ਇਹ ਬਾਗਬਾਨੀ ਹੈ ਕੀ ਆ ਉਹਨਾਂ ਨੂੰ ਕੀ ਫਾਇਦੇ ਆ ਇਹ ਇੱਕ ਮੈਸੇਜ ਦੇ ਦਿਓ ਉਹਨਾਂ ਨੂੰ ਦੇਖੋ ਜੀ ਜੇ ਆਪਾਂ ਕਣਕ ਝੋਨਾ ਛੱਡ ਕੇ ਤੇ ਇਹਨੀਆਂ ਕ੍ਰੌਪਸ ਲਾਉਂਦੇ ਆ ਆਪਣੇ ਪੈਲੀਆਂ ਦੇ ਵਿੱਚ ਤਾਂ ਇਹਦਾ ਬਹੁਤ ਹੀ ਬੈਨੀਫਿਟ ਆ ਕਿਸਾਨਾਂ ਨੂੰ ਵੀ ਆ ਤੇ ਆਉਣ ਵਾਲੀਆਂ ਜਨਰੇਸ਼ਨਜ਼ ਲਈ ਵੀ ਅਸੀਂ ਬੜਾ ਵਧੀਆ ਕਰਾਂਗੇ ਜੇ ਅਸੀਂ ਝੋਨਾ ਕਣਕ ਨੂੰ ਛੱਡ ਦਿੰਨੇ ਆ ਕਿਉਂਕਿ ਇੱਕ ਤਾਂ ਆਪਾਂ ਪਾਣੀ ਖਰਾਬ ਕਰ ਰਹੇ ਆ ਝੋਨਾ ਕਣਕ ਲਾ ਲਾ ਕੇ ਜੀ ਦੂਸਰੀ ਗੱਲ ਕੀ এনवायरमेंट ਬਹੁਤ ਖਰਾਬ ਹੋ ਰਿਹਾ ਆ ਆਪਾਂ ਫਰਟੀਲਾਈਜ਼ਰ ਬੇਹੱਦ ਯੂਜ਼ ਕਰ ਰਹੇ ਆ ਜਿੰਨੀ ਰეკਮੈਂਡਡ ਡੋਜ਼ ਆ ਉਸ ਤੋਂ ਕਿਤੇ ਜ਼ਿਆਦਾ ਯੂਜ਼ ਕਰ ਰਹੇ ਆ ਉਹ ਇੰਨੀ ਜ਼ਿਆਦਾ ਹੈਲਥ ਪ੍ਰੋਬਲਮ ਕੌਜ਼ ਕਰ ਰਿਹਾ ਸਾਡੇ ਪੰਜਾਬ ਦੇ ਵਿੱਚ ਔਰ ਜੇ ਤੁਸੀਂ ਦੇਖ ਹੀ ਰਹੇ ਹੋ ਕਿ ਪਹਿਲਾਂ بی ٹی कॉटन ਕਰਕੇ بی ٹی कॉटन ਹਾਂਜੀ ਉਹਨੇ ਮਾਲਵਾ ਸਾਰਾ 벨ਟ ਜੰਨੀ ਸੀ ਉਹ ਚ ਕੈਂਸਰ ਫਲਾਤਾ ਤੇ ਹੁਣ ਉਹ ਪੱਟੀ ਦੀ 벨ਟ ਚ ਵੀ ਇੰਨਾ ਜ਼ਿਆਦਾ ਆ ਗਿਆ ਹੈ ਕਿ ਹੌਲੀ ਹੌਲੀ ਅੰਮ੍ਰਿਤਸਰ ਤਰਨਤਾਰਨ ਦੇ ਵਿੱਚ ਵੀ ਉਹਦੇ ਜਿਹੜੇ ਟ੍ਰੇਸੇਸ ਆ ਉਹ ਮਿਲ ਟ੍ਰੇਸ ਐਲੀਮੈਂਟ ਯੂਰੇਨੀਅਮ ਹੈ ਜਿਹੜਾ ਮਿਲਿਆ ਸੋ ਮੈਂ ਇਹੀ ਕਹੂੰਗਾ ਆਪਣੇ ਕਿਸਾਨ ਵੀਰਾਂ ਨੂੰ ਕਿ ਆਪਾਂ ਉਹ ਲਈ ਜਿਹੜੀ ਇਕੋ ਸਰਕਲ ਆ ਝੋਨੇ ਕਣਕਲਾ ਉਹ ਛੱਡੀਏ ਤੇ ਕਿੰਨੂ ਦੀ ਕ੍ਰੌਪ ਜਾਂ ਜਿਹੜੀ ਹੈਗੀ ਆ ਨਾਖਿਓ ਆਪਾਂ ਆਪਣੇ ਜਿਹੜੀਆਂ ਪੈਲੀਆਂ ਉਹਨਾਂ ਦੇ ਵਿੱਚ ਲਾਈਏ ਇੱਕ ਤਾਂ ਉਹਦਾ ਕੋਈ ਮੇਨਟੇਨੈਂਸ ਬਹੁਤੀ ਜ਼ਿਆਦਾ ਨਹੀਂ ਹੈ ਇੱਕ ਸੋਇਲ ਜਿਹੜੀ ਆ ਉਹ ਫਿਰ ਆਪਣੀ ਰੀਗੇਨ ਕਰ ਲੈਂਦੀ ਹੈ ਅਬਿਲਿਟੀ ਕਿਉਂਕਿ ਜਿਹੜੇ ਫਰੂਟ ਕ੍ਰੌਪਸ ਆ ਉਹ ਇੰਨੇ ਜ਼ਿਆਦਾ ਨਿਊਟ੍ਰੀਐਂਟ ਨਹੀਂ ਲੈਂਦੇ ਐਜ਼ ਕੰਪੇਅਰ ਟੂ ਜਿਹੜੀ ਹੈਗੀ ਆਪਣੀ ਚੋਨਾ ਕਣਕ ਸੋ ਸੋਇਲ ਨੂੰ ਇੱਕ ਟਾਈਮ ਮਿਲ ਜਾਂਦਾ ਹੈ ਕਿ ਉਹ ਆਪਣੇ ਆਪ ਨੂੰ ਫਿਰ ਉਸੇ ਤਰ੍ਹਾਂ ਜਿੱਦਾਂ ਦੀ ਪਹਿਲੀ ਨੇਚਰਲ ਕੰਡੀਸ਼ਨ ਸੀ ਉਹਦੇ ਵਿੱਚ ਆ ਸਕੇ ਸੋ ਮੈਂ ਇਹੀ ਆਪਣੇ ਵੀਰਾਂ ਨੂੰ ਕਹੂੰਗਾ ਕਿ ਉਹ ਵੱਧ ਤੋਂ ਵੱਧ ਬਾਗਬਾਨੀ ਵਾਲੋਂ ਆਉਣ ਤੇ ਉਹ ਚੋਨੇ ਕਣਕ ਵਾਲਾ ਜਿਹੜਾ ਸਰਕਲ ਆ ਉਹਨੂੰ ਛੱਡ ਦੇਣ ਸੋ ਕਿਸਾਨ ਵੀਰੋ ਜੇ ਆਉਣ ਵਾਲੇ ਸਮੇਂ 'ਚ ਇਹ ਮਰਦੀ ਕਿਸਾਨੀ ਨੂੰ ਆਪਾਂ ਬਚਾਉਣਾ ਪਊਗਾ ਤੇ ਸਾਨੂੰ ਆਪਣੀਆਂ ਆਦਤਾਂ ਜਿਹੜੇ ਅਸੀਂ ਪਕੇ ਰਵਾਇਤੀ ਫਸਲਾਂ ਦੇ ਖੇੜੇ ਪਏ ਆ ਸਾਨੂੰ ਉਹ ਵੀ ਖੇੜਾ ਛੱਡਣਾ ਪਊਗਾ ਤੇ ਸਾਨੂੰ ਟੈਕਨੀਕ ਵਾਲੀਆਂ ਜਾਵਣ ਵਾਲੇ ਸਮੇਂ ਬਾਗਬਾਨੀ ਵਾਲ ਵੀ ਜਾਣਾ ਪਊਗਾ ਇਹ ਸਾਰਾ ਕੁਝ ਅਗਲੇ ਕਰਾਂਗੇ ਤੇ ਅਸੀਂ ਜਮਾਨੇ ਦੇ ਹਾਣੀ ਬਣਾਂਗੇ ਸਾਨੂੰ ਦੂਜੇ ਦੇਸ਼ਾਂ ਜਿਹੜੇ ਬਹੁਤ ਜ਼ਿਆਦਾ ਪਛੜ ਚੁੱਕੇ ਸਾਡੀ ਖੇਤੀ ਬੜੀ ਬਹੁਤ ਪਛੜ ਚੁੱਕੀ ਆ ਉਸ ਦੇ ਹਾਣੀ ਬਣਨ ਵਾਸਤੇ ਸਾਨੂੰ ਇਹ ਨਵੀਆਂ ਟੈਕਨੀਕਾਂ ਜੋ ਸਾਡੇ ਪ੍ਰੋਫੈਸਰ ਨੇ ਦੱਸੀਆਂ ਆ ਉਹਨਾਂ ਦੇ ਜ਼ਰੂਰ ਚੱਲਣ ਪਊਗਾ ਧੰਨਵਾਦ ਜੀ